ਸੇਰਵਿਸਿਸ ਸਰ ਜਿਹੜਾ ਕੈਨੇਡਾ ਆਫਿਸ ਹੁੰਦਾ ਉਸ ਦਾ ਸਟੂਡੈਂਟ ਨੂੰ ਕਿੰਨਾ ਕ ਫਾਇਦਾ ਹੁੰਦਾ ਕਿਉਂਕਿ ਬਹੁਤ ਸਾਰੀਆਂ ਕੰਪਨੀਆਂਜ਼ ਨੇ ਜਿਨ੍ਹਾਂ ਦਾ ਚੰਡੀਗੜ੍ਹ ਜਾਂ ਮੁਹਾਲੀ ਆਫਿਸ ਤਾਂ ਹੈਗਾ ਜਾਂ ਇੰਡੀਆ ਦੇ ਵਿੱਚ ਆਫਿਸਿਸ ਹੈਗੇ ਆ ਪਰ ਕੈਨੇਡਾ ਜਾ ਕੇ ਸਟੂਡੈਂਟ ਨੂੰ ਉਹਨਾਂ ਦੇ ਸਰਵਿਸਿਸ ਨਹੀਂ ਮਿਲਦੀਆਂ ਉਹਨਾਂ ਦਾ ਕਿਹੜੇ ਕਾਲਜ ਐਡਮਿਸ਼ਨ ਕਰਾ ਦਿੱਤਾ ਜਾਂਦਾ ਜਾਂ ਉੱਥੇ ਕੋਈ ਪ੍ਰੋਬਲਮ ਜ਼ਾਉਣ ਤਾਂ ਕਿਸ ਤਰ੍ਹਾਂ ਦੀਆਂ ਸਰਵਿਸਿਸ ਰਹਿੰਦੀਆਂ ਕੈਨੇਡੀਅਨ ਆਫਿਸ ਦਾ ਕੀ ਫਾਇਦਾ ਹੈਗਾ ਸਟੂਡੈਂਟ ਨੂੰ ਬਿਲਕੁਲ ਬਲਵਿੰਦਰ ਜੀ ਇੱਕ ਬੜਾ ਹੌਸਲਾ ਹੁੰਦਾ ਵੀ ਮੇਰਾ ਬੰਦਾ ਉੱਥੇ ਹੈਗਾ ਭਾਵੇਂ ਲਾਈਨ ਲੋਲ ਪਵੇ ਲੇਕਿਨ ਬੜੀ ਹੌਸਲਾ ਜ ਇਥੋਂ ਸਾਡੀ ਕੰਪਨੀ ਤੋਂ ਵੀਜ਼ਾ ਲਗਵਾ ਕੇ ਅਸੀਂ ਉਹਨਾਂ ਸਟੂਡੈਂਟਸ ਦੇ ਜਿਨ੍ਹਾਂ ਦੇ ਸਾਡੇ ਤੋਂ ਵੀਜ਼ਾ ਲੱਗਦੇ ਆ ਉਹਨਾਂ ਨੂੰ ਉੱਥੇ ਜਾ ਕੇ ਖਿਆਲ ਰੱਖਣ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਸਾਡੀ ਕੰਪਨੀ ਜਿਹੜੇ ਦਰੂ ਸਾਡਾ ਵੀਜ਼ਾ ਲੱਗਿਆ ਉਹ ਉੱਥੇ ਆਫੀਸਿਸ ਹੈਗੇ ਨੇ ਜਿਸ ਤਰ੍ਹਾਂ ਮੈਂ ਕਹਿਆ ਰੱਬ ਨੂੰ ਹਾਜ਼ਰ ਨਜ਼ਰ ਮੰਨ ਕੇ ਐਥੀਕਲ ਪ੍ਰੋਫੈਸ਼ਨਲ ਸਰਵਿਸਿਜ਼ ਇੱਥੇ ਵੀ ਉੱਥੇ ਵੀ ਸੋ ਇੱਥੇ ਵੀ ਤੇ ਉੱਥੇ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਸਲਟੈਂਟਸ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਜਾਂ ਮਿਸ ਗਾਈਡੈਂਸ ਦਿੰਦੇ ਆ ਜਾਂ ਗਲਬੜ ਕਰਦੇ ਆ ਜੋ ਜਦੋਂ ਇਹ ਗਲਤ ਕੰਮ ਹੁੰਦੇ ਨੇ ਤੇ ਬੱਚੇ ਘਮਨ ਘੇਰੀ ਦਾ ਮਤਲਬ ਬੜੇ ਪ੍ਰੇਸ਼ਾਨੀ ਦੇ ਵਿੱਚ ਫਸ ਜਾਂਦੇ ਨੇ ਚੱਕਰ ਪੈ ਜਾਂਦੇ ਨੇ ਫਾਈਲ ਲੱਗੀ ਨਹੀਂ ਕਹਤਾ ਫਾਈਲ ਲੱਗੀ ਹੈ ਡੈਡ ਲਾਈਨ ਟੱਪ ਗਈ ਤੇ ਕਿਸੇ ਜੋਗੇ ਨਹੀਂ ਰਹਿੰਦੇ ਬੱਚਿਆਂ ਦੀ ਲਾਈਫ ਸਪੋਇਲ ਹੋ ਜਾਂਦੀ ਹੈ ਜਦੋਂ ਮੈਂ ਕੈਨੇਡਾ ਜਾਂਦਾ ਤੇ ਬਹੁਤ ਜ਼ਿਆਦਾ ਉੱਥੇ ਫੋਨ ਆਉਂਦੇ ਨੇ ਅਦਰਵਾਈਜ਼ ਵੀ ਇੰਡੀਆ ਵਿੱਚ ਵੀ ਕੈਨੇਡਾ ਤੋਂ ਆਫੀਸਿਸ ਦੇ ਨਾਲ ਅਸੀਂ ਰابطਾ ਰੱਖਦੇ ਹਾਂ ਤੇ ਉਹਦੇ ਥਰੂ ਜਾਂ ਮੇਰੇ ਨਾਲ ਡਾਇਰੈਕਟ ਅਚੀਚ ਬੱਚਿਆਂ ਦੀ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਕਈ ਬੱਚਿਆਂ ਨੂੰ ਕਈ ਤਰ੍ਹਾਂ ਦੀ ਤਕਲੀਫਾਂ ਔਰ ਜਿਹੜੇ ਬੱਚਿਆਂ ਦੇ ਛਾਡੇ ਤੋਂ ਵੀਜੇ ਲੱਗਦੇ ਆ ਉਹਨਾਂ ਦੀ ਕਾਲਜ ਦੀ ਕੋਈ ਪ੍ਰੋਬਲਮ ਹੈ ਕੋਰਸ ਦੀ ਕੋਈ ਪ੍ਰੋਬਲਮ ਹੈ ਜਿਹੜੇ ਇਹ ਬੱਚੇ 1 ਸਾਲ ਦਾ ਕੋਰਸ ਲੈ ਕੇ ਜਾਂਦੇ ਉਹ ਸੈਕੰਡ 1 ਇਅਰ ਕੋਰਸ ਲੈਂਦੇ ਨੇ ਔਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਸਟੱਡੀ ਪਰਮਿਟ ਐਕਸਟੈਂਸ਼ਨ ਸੋ ਇਸ ਤਰ੍ਹਾਂ ਦੇ ਕਿਸੇ ਵੀ ਕੰਮ ਵਾਸਤੇ ਬਹੁਤ ਸਾਰੇ ਜਿਹੜੇ ਨੇ ਇਹ ਜਿਹੜੇ ਕੰਮ ਨੇ ਉੱਥੇ ਕਿਸੇ ਤਰ੍ਹਾਂ ਦੀ ਐਮਬੈਸੀ ਤੋਂ ਤਕਲੀਫ ਹੈਗੀ ਹੈ ਸਲਾਮ ਮਸਫਲਾ ਹੈਗਾ ਔਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਤੋਂ ਬਾਅਦ ਕੰਮ ਕਰਦੇ ਨੇ ਔਰ ਪੀਆਰ ਦੀ ਫਾਈਲ ਜਲਾਉਂਦੇ ਨੇ ਉਸ ਦੇ ਵਿੱਚ ਹੈਲਪ ਔਰ ਅਸੀਂ एपीआरडी फाइल जानने हैगे हैं सो ये सर्विसेज वास्ते वेलकम जी बड़ी गल है भाई ਤੁਸੀਂ ਸਾਡੇ ਨਾਲ ਅਸੀਂ ਖੁਸ਼ ਕਿਸਮਤ ਸਮਝਦੇ ਆ ਆਪਣੇ ਆਪ ਨੂੰ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਕਿਉਂਕਿ ਸੀਆਈਸੀਸੀ ਮੈਂਬਰ ਹੈਗੇ ਨੇ ਕੈਨੇਡੀਅਨ ਗਵਰਨਮੈਂਟ ਔਰ ਕੈਨੇਡੀਅਨ ਐਮਬੈਸੀ ਤੋਂ ਅਥਰਾਇਜ਼ ਨੇ ਰਵੀ ਸਰ ਔਰ ਬਹੁਤ ਹੀ ਲੰਬਾ ਐਕਸਪੀਰੀਅੰਸ ਹੈ ਇਹਨਾਂ ਦਾ ਸਮਾਂ ਬਹੁਤ ਕੀਮਤੀ ਹੈ ਸਰ ਆਪਾਂ ਹੁਣੇ ਜਿਵੇਂ ਸਮੇਂ ਦੀ ਗੱਲ ਕਰ ਰਹੇ ਆ ਖਾਸ ਤੌਰ ਤੇ ਆਪਾਂ ਦੇਖਦੇ ਆ ਵੀ ਕਈ ਸਟੂਡੈਂਟ ਦਾ ਕੋਈ ਕੇਸ ਕੰਪਲੀਕੇਟ ਹੋ ਜਾਂਦਾ ਵੀ ਉਹ ਕਹਿੰਦਾ ਵੀ ਮੈਂ ਜਾਂਦਾ ਰਿਫਿਊਜ਼ ਆਇਆ ਹੋਇਆ ਕੁਝ ਆਇਆ ਹੋਇਆ ਰਵੀ ਸਰ ਵੀ ਮਿਲਣਾ ਚਾਹੁੰਦਾ ਐ ਸਭ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ